ਮੈਂ ਸਰਿਤਾ ਸ਼ਰਮਾ ਗੜਸ਼ੰਕਰ ਤੋਂ ਬਿਲੋਂਗ ਕਰਦੀ ਹਾਂ। ਅੱਜ ਕੱਲ੍ਹ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ, ਕਿਰਨ ਵਾਲਾ ਨਾਮ ਦੀ ਜੋ ਲੜਕੀ ਜੱਥੇ ਨਾਲ ਪਾਕਿਸਤਾਨ ਵਿਸਾਖੀ ਦਾ ਮੇਲਾ ਦੇਖਣ ਗਈ ਸੀ, ਅਤੇ ਉੱਥੇ ਜਾ ਕੇ ਉਹਨੇ ਨਿਕਾਹ ਕਰਵਾ ਲਿਆ ਔਰ ਆਪਣੇ ਬੱਚਿਆਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ, ਆਪਣੇ ਆਪ ਨੂੰ ਅਮਨਾ ਸ਼ਰੀਫ ਦੱਸ ਰਹੀ ਹੈ। ਅਸੀਂ ਜਿੱਦਾਂ ਹੀ ਮੈਂ ਸੁਣਿਆ, ਅਸੀਂ ਗੜਸ਼ੰਕਰ ਇਹਨਾਂ ਦੇ ਘਰ ਗਏ, ਉਹਨਾਂ ਦੀ ਸਾਸੂ ਮਾਂ ਆ ਅਤੇ ਆ ਬੱਚੇ ਉਹਨਾਂ ਦੇ ਆ, ਅਤੇ ਅਸੀਂ ਜਾ ਕੇ ਜਦੋਂ ਹਾਲਾਤ ਦੇਖੇ ਅਤੇ ਮਾਤਾ ਨੇ ਉਹਨਾਂ ਦੇ ਬਾਰੇ ਦੱਸਿਆ ਕਿ ਮਤਲਬ ਆ ਡਾਕੂਮੈਂਟਸ, ਡੇਟ ਆਫ ਬਰਥ ਸਰਟੀਫਿਕੇਟ, ਸਾਰੇ ਡਾਕੂਮੈਂਟਸ ਸਾਡੇ ਕੋਲ ਨੇ ਸਬੂਤ ਦੇ ਤੌਰ 'ਤੇ, ਔਰ ਇਹਨਾਂ ਨੇ ਦੱਸਿਆ ਕਿ ਉਹਦਾ ਵੱਡੇ ਆਪਰੇਸ਼ਨ ਨਾਲ ਜਿਹੜੇ ਬੱਚੇ ਹੋਏ ਸੀਗੇ। ਜੇ ਮਤਲਬ ਇੱਦਾਂ ਦੀ ਗੱਲ ਹੈ, ਬੇਸ਼ੱਕ DNA ਟੈਸਟ ਕਰਵਾ ਲਓ, ਪਰ ਇਹ ਬਹੁਤ ਮੰਦਭਾਗੀ ਘਟਨਾ ਹੈ, ਬਹੁਤ ਹੀ ਨਿੰਦਣਯੋਗ ਹੈ। ਔਰਤ ਜਾਤ ਦੇ ਇੱਕ ਮਾਂ ਦੇ ਨਾਂ ਤੇ ਕਲੰਕ ਹੈ, ਜਿਸ ਔਰਤ ਨੇ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਬੱਚਿਆਂ ਨੂੰ ਬੇਸਹਾਰਾ ਕਰਕੇ ਚਲੀ ਗਈ ਹੈ, ਸਿਰਫ ਆਪਣੇ ਮਹਿੰਗੇ ਸ਼ੌਂਕਾਂ ਦੀ ਖਾਤਰ, ਆਪਣੇ ਖੁਆਇਸ਼ਾਂ ਦੀ ਖਾਤਰ, ਆਪਣੇ ਸਵਾਰਥ ਦੀ ਖਾਤਰ। ਮੈਂ ਇਸ ਚੀਜ਼ ਦਾ ਪੁਰਜ਼ੋਰ ਵਿਰੋਧ ਕਰਦੀ ਹਾਂ ਕਿ ਉਸ ਔਰਤ ਨੂੰ ਇੰਡੀਆ ਦੇ ਵਿੱਚ ਲਿਆ ਕੇ ਉਹਦੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਬਾਕੀ ਜਿਹੜਾ ਦੇਸ਼ ਆਪਣੇ ਦੇਸ਼ ਦਾ ਨਹੀਂ ਹੋ ਸਕਿਆ, ਬਗਾਨੇ ਦੇਸ਼ ਦਾ ਵੀ ਨਹੀਂ ਹੋ ਸਕਦਾ। ਤੇ ਬਾਕੀ ਸਾਡੇ ਦੇਸ਼ ਦੀਆਂ ਏਦਾਂ ਦੀਆਂ ਔਰਤਾਂ, ਏਦਾਂ ਦੀਆਂ ਮਾਵਾਂ ਭੈਣਾਂ ਇੱਥੋਂ ਦੀਆਂ, ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਕੁਰਬਾਨੀਆਂ ਦੇਤੀਆਂ, ਆਪਣੇ ਦੇਸ਼ ਲਈ ਕੁਰਬਾਨੀਆਂ ਦੇਤੀਆਂ। ਸਾਡਾ ਜਿਹੜਾ ਦੇਸ਼ ਦੀ ਧਰਤੀ ਹੈ, ਇੱਕ ਮਤਲਬ ਖੂਨ ਨਾਲ ਸਿੰਜੀ ਹੋਈ ਹੈ, ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਔਰਤਾਂ ਨੇ ਯੋਗਦਾਨ ਪਾਇਆ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਖਾਤਰ ਆਪਣੇ ਆਪ ਨੂੰ ਦਾਅ ਤੇ ਲਾਤਾ, ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਏਦਾਂ ਦੀਆਂ ਵੀ ਮਿਸਾਲਾਂ ਇਸ ਧਰਤੀ ਤੇ ਪੈਦਾ ਹੋਈਆਂ। ਬਾਕੀ ਉਸ ਔਰਤ ਦੇ ਕਹਿਣ ਨਾਲ ਸਾਡੇ ਦੇਸ਼ ਦੇ ਵਿੱਚ ਗਲਤ ਕੰਮ ਹੁੰਦੇ ਆ, ਜਾਂ ਗਲਤ ਡਾਕੂਮੈਂਟਸ ਬਣਦੇ ਆ, ਆਹ ਡਾਕੂਮੈਂਟਸ ਮੇਰੇ ਕੋਲ ਨੇ, ਤੇ ਉਹਦੇ ਕਹਿਣ ਨਾਲ ਵੀ ਪਾਕਿਸਤਾਨ ਜ਼ਿੰਦਾਬਾਦ ਜਾਂ ਹਿੰਦੁਸਤਾਨ ਮੁਰਦਾਬਾਦ, ਉਹਦੇ ਕਹਿਣ ਨਾਲ ਕੁਛ ਨਹੀਂ ਹੁੰਦਾ। ਸਾਡਾ ਦੇਸ਼ ਸ਼ੁਰੂ ਤੋਂ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ। ਗਲਤ ਨਾਰੇ ਉਹ ਲਾਵੇ ਨਾ, ਤੇ ਮੈਂ ਇਹ ਕਹਾਂਗੀ ਕਿ ਉਹਨੂੰ ਉਧਰੋਂ ਮੰਗਾ ਕੇ, ਜਿਹੜਾ ਸਾਡੇ ਦੇਸ਼ ਦੇ ਮਤਲਬ ਸਾਰੀ ਉਹਦੀ ਇਨਕੁਆਇਰੀ ਹੋ ਕੇ ਕੋਈ ਵੱਡਾ ਖੁਲਾਸਾ ਨਿਕਲੇਗਾ, ਜਾਂ ਉਹਦੇ ਕੀ ਸੰਬੰਧ ਕਿਹਦੇ ਨਾਲ ਹੈਗੇ, ਜੋ ਵੀ ਹੈ, ਚੰਗੀ ਪੂਰੀ ਤਰ੍ਹਾਂ ਉਹਦੀ ਇਨਕੁਆਇਰੀ ਹੋਵੇ। ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਬੱਚੇ ਹੁਣ ਬੇਸਹਾਰਾ ਨਹੀਂ ਹੈਗੇ, ਇਹਨਾਂ ਬੱਚਿਆਂ ਦੀ ਮੇਰੇ ਸਾਰੇ NRI ਵੀਰਾਂ ਅੱਗੇ, ਭੈਣਾਂ ਅੱਗੇ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਜਾਵੇ। ਤੇ ਆਹ ਸਾਡੀ ਮਾਤਾ ਜੀ ਕਿਸ਼ਨ ਕੌਰ ਜੀ, ਜਿਨ੍ਹਾਂ ਦੇ ਉੱਪਰ ਐਡੀ ਵੱਡੀ ਜ਼ਿੰਮੇਵਾਰੀ ਪੈ ਗਈ ਹੈ, ਇਹਨਾਂ ਦੀ ਹੈਲਪ ਕੀਤੀ ਜਾਵੇ, ਮਦਦ ਕੀਤੀ ਜਾਵੇ। ਆਹ ਮਾਤਾ ਜੀ, ਇਹਨਾਂ ਦਾ ਨੰਬਰ ਹੈ, ਇਹਨਾਂ ਨੂੰ ਡਾਇਰੈਕਟ ਕੰਟੈਕਟ ਕਰਕੇ ਜੋ ਵੀ ਕੋਈ ਮਦਦ ਕਰਨਾ ਚਾਹੇ, ਉਹ ਜਥੇਬੰਦੀਆਂ ਜੋ ਵੀ ਹੈ ਉਹ ਅੱਗੇ ਆਉਣ।